अपरा विखे खेतों में लगे दो बिजली के ट्रांसफार्मरों चोरों ने पहला तो थले सुटिया फिर बिचों महंगा समान चोरी करके फरार हो गई। पीड़ित किसान प्रदीप कुमार पुत्र मदन मोहन अते जरनैल सिंह पुत्र सोहन सिंह दोनों वासी अपरा ने दसिया कि बीती रात उन्होंने खेतों में लगे ट्रांसफार्मर विचों चोर समान चोरी करके लै गए जिस कारण उन्होंने हजार रुपया का समान चोरी हो गया है। किसानों ने कहा कि उन्होंने जान माल दोनों खतरा बनया होया है। ये नशेई चोर लुटेरे कुछ भी कर सकते हैं। अपरा दी पुलिस को घटना की जानकारी दी गई है। जानकारी देने मौके बलदेव सिंह मक्खण सिंह रणवीर सिंह लवप्रीत सिंह हाजिर सन। अपरा तो निर्मल गुड़ा जी की खास रिपोर्ट। ਜੀ ਸਰ ਜੀ ਕੀ ਘਟਨਾ ਵਾਪਰੀ ਆ ਬੀਤੀ ਰਾਤ ਜਿਵੇਂ ਟਰਾਂਸਫਾਰਮਰ ਥੱਲੇ ਪਿਆ ਹੈਗਾ ਅੱਜ ਰਾਤ ਟਰਾਂਸਫਾਰਮਰ ਚੋਰੀ ਕਰਨ ਆਏ ਚੋਰੀ ਦੀ ਨੀਤ ਨਾਲ ਉਹਨਾਂ ਨੇ ਕੱਟ ਕੇ ਇਹਨੂੰ ਥੱਲੇ ਸਿੱਟ ਲਿਆ ਅਤੇ ਫਿਰ ਇਹਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਲੇਕਿਨ ਬਿਲਡ ਕੀਤਾ ਹੋਇਆ ਸੀ ਕਰਕੇ ਖੁੱਲਿਆ ਨਹੀਂ ਪਰ ਉਹ ਫਿਰ ਭੰਨ ਕੇ ਇਹਦਾ ਸਾਰਾ ਨੁਕਸਾਨ ਕਰ ਗਏ ਸੀ ਹਾਂ ਅਤੇ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਪਹਿਲਾਂ ਵੀ ਚੋਰੀ ਇੱਕ ਵਾਰੀ ਹੋਈ ਹਾਂਜੀ 6-7 ਸਾਲ ਹੋਏ ਪਹਿਲਾਂ ਉਹ ਟਾਪਾ ਖੁੱਲ੍ਹ ਗਿਆ ਸੀ ਉੱਪਰੋਂ ਤਾਂ ਤਾਂਬਾ ਸੀ ਵਿੱਚ ਉਹ ਕੋਪਰ ਸਾਰਾ ਕੱਢ ਕੇ ਲੈ ਗਏ ਸੀ ਬਿਲਕੁਲ ਨੇੜੇ ਹੋਈਆਂ ਹੋਰ ਆਸੇ ਪਾਸੇ ਦਾ ਪਤਾ ਨਹੀਂ ਦੋ ਹੋਈਆਂ ਦੋ ਤਾਂ ਇੱਥੇ ਨਾਲ ਨਾਲ ਹੀ ਹੋਈਆਂ ਕੀ ਘਟਨਾ ਵਾਪਰੀ ਹੈ ਜਿਵੇਂ ਇਹ ਟਰਾਂਸਫਾਰਮਰ ਤੁਹਾਡਾ ਪਤਾ ਲੱਗਾ ਚ ਸਮਾਨ ਚੋਰੀ ਕਰਕੇ ਲਗਾ ਸਮਾਨ ਅਸੀਂ ਤਾਂ ਆ ਕੇ ਦੇਖਿਆ ਇੱਥੇ ਵੀ ਆਹ ਨੁਕਸਾਨ ਹੋਇਆ ਫੋਨ ਗਿਆ ਮੈਨੂੰ ਤਾਂ ਵੀ ਇੱਦਾਂ ਦਾ ਇੱਥੇ ਟਰਾਂਸਫਾਰਮਰ ਚੋਰੀ ਹੋ ਗਿਆ ਫਿਰ ਮੈਂ ਘਰੋਂ ਆਇਆ ਇੱਥੇ ਆ ਕੇ ਦੇਖਿਆ ਤਾਂ ਸਾਰਾ ਨੁਕਸਾਨ ਹੋਇਆ ਪਿਆ ਸਾਰਾ ਕੁਝ ਕੱਢ ਕੇ ਲੈ ਗਿਆ ਵਿੱਚੋਂ ਕੀ ਸ਼ੁਭ ਨਾਮ ਆਪ ਜੀ ਦਾ ਜਨਰਲ ਸਿੰਘ ਪਿਤਾ ਜੀ ਦਾ ਨਾਮ ਸੋਹਣ ਸਿੰਘ ਠੀਕ ਕਿੰਨਾ ਕੁ ਨੁਕਸਾਨ ਹੋ ਜਾਂਦਾ ਇੱਦਾਂ 20-25 ਹਜ਼ਾਰ ਨੁਕਸਾਨ ਹੋਊਗਾ ਹਾਂ ਤੇ ਕੰਮ ਵੀ ਰੁਕ ਜਾਂਦਾ ਕੰਮ ਤਾਂ ਰੁਕ ਗਿਆ ਹੀ ਆ ਹੁਣ ਹਾਂ ਰੁਕ ਗਿਆ ਹਾਂ ਹਾਂ ਉਹ ਵੀ ਨੁਕਸਾਨ ਹੀ ਜਿਹੜਾ ਰੁਕਿਆ ਕੰਮ ਝੋਨਾ ਇਹ ਅਕਸਰ ਇਦਾਂ ਚੋਰੀਆਂ ਹੁੰਦੀਆਂ ਰਹਿੰਦੀਆਂ ਇਲਾਕੇ 'ਚ ਨਹੀਂ ਇੱਥੇ ਤਾਂ ਅਸੀਂ ਪਹਿਲੀ ਵਾਰੀ ਦੇਖੀ ਹੈ ਬਾਕੀ ਤਾਂ ਆਸੇ ਪਾਸੇ ਹੁੰਦੀਆਂ ਰਹਿੰਦੀਆਂ